हेलो दोस्तों वेलकम टू सिद्धि पंजाब सो टुडे वी आर गोइंग टू डिस्कस द करंट अफेयर्स रिलेवेंट फ्रॉम 1st टू 3rd जुलाई जेडे वी इंपॉर्टेंट करंट अफेयर्स आर डिस्कस करेंगे आगे वजन तो पहला मैं अगेन मेंटरशिप प्रोग्राम बारे ਤੁਹਾਨੂੰ ਦੱਸ ਦੇਣਾ ਚਾਹਨੀ ਹੈ इफ यू वांट टू ब्रिंग द बेस्ट इन योर प्रिपरेशन इफ यू वांट टू स्ट्रीमलाइन योर प्रिपरेशन इफ यू वांट टू नो ऑल द नीटीग्रिटीज अबाउट द सिविल सर्विसेज एग्जामिनेशन ਇਫ ਯੂ ਵਾਂਟ ਕਿ ਤੁਸੀਂ ਮਿਸਟੇਕ ਨਾ ਕਰੋ ਤੇ ਤੁਹਾਨੂੰ ਐਕਚੁਅਲੀ ਪਤਾ ਚੱਲੇ ਕਿ ਕ੍ਰੈਕ ਕਰਨਾ ਕਿਵੇਂ ਹੈ ਹਰ ਚੀਜ਼ ਬੇਸਿਕਲੀ ਕਰਨੀ ਕਿਵੇਂ ਹੁੰਦੀ ਹੈ ਡਿਸਪਲਿਨ ਕਿਵੇਂ ਬਣਾਉਣਾ ਹੈ ਆਵਦੀ ਸਟੱਡੀਜ਼ ਵਿੱਚ ਸ਼ੈਡਿਊਲ ਕਿਵੇਂ ਲਿਆਣਾ ਹੈ ਪ੍ਰੋਕਾਸਟੀਨੇਸ਼ਨ ਨੂੰ ਕਿਵੇਂ ਅਵੋਇਡ ਕਰਨਾ ਹੈ ਰਾਈਟ ਨਿਊਜ਼ਪੇਪਰ ਕਿਵੇਂ ਕੱਟ ਟਾਈਮ 'ਚ ਪੜ੍ਹਨਾ ਹੈ ਨੋਟਸ ਕਿਵੇਂ ਬਣਾ ਕੇ ਰੱਖਣੇ ਨੇ ਤੇ ਉਹਨਾਂ ਨੂੰ ਯੂਟਿਲਾਈਜ਼ ਕਰਨਾ ਹੈ ਰਾਈਟ 올 ਆਫ ðiਜ਼ ਨਿਟੀ ਗ੍ਰਿਟੀਜ਼ ਐਸਪੀਰੈਂਟ ਡਸ ਨਾਟ ਨੋ ਅਸੀਂ ਪੜ੍ਹਦੇ ਤਾਂ ਰਹਿੰਦੇ ਹਾਂ ਬਟ ਸਾਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਅਸੀਂ ਤਰੀਕਾ ਕਰਨਾ ਕੈਸੇ ਹੈ ਇਹ ਯੂਜੂਲੀ ਨਹੀਂ ਜਾਣਦੇ ਰਾਈਟ ਸੋ ਇਫ ਯੂ ਵਾਂਟ ਟੂ ਅਵੋਇਡ ਥੈਟ ਮਿਸਟੇਕ ਲਾਈਕ ਮੈਨੀ ਅਦਰ ਐਸਪੀਰੈਂਟਸ ਐਂਡ ਯੂ ਐਕਚੁਅਲੀ ਵਾਂਟ ਟੂ ਗੈਟ ਰਿਜ਼ਲਟਸ ਦੈਨ ਐਨਰੋਲ ਇਨਟੂ ਆਰ ਪ੍ਰੋਗਰਾਮ 3 ਜੁਲਾਈ ਯਾਨੀ ਕਿ ਅੱਜ ਮੰਡੇ ਤੋਂ ਇਹ ਸ਼ੁਰੂ ਹੋ ਜਾਣਾ ਹੈ ਸੋ ਜਲਦੀ ਤੋਂ ਜਲਦੀ ਇਸ ਬੈਚ ਵਿੱਚ ਜੁਆਇਨ ਕਰੋ ਸੋ ਥੈਟ ਯੂ ਆਰ ਏਬਲ ਟੂ ਟੇਕ ਦ ਮੈਕਸਿਮਮ ਬੈਨੀਫਿਟ ਹੋਰ ਮੰਥਸ ਖਰਾਬ ਨਾ ਕਰੋ ਡੂ ਨਾਟ ਵੇਸਟ ਫਾਰ ਅਨਦਰ ਬੈਚਸ ਆਈ ਡੋਨਟ ਨੋ ਵੈਨ ਆਈ ਵਿਲ be able to start the next but do not waste this time tin mahin da hai program hai tin minne vich i am going to teach you many skills right bahut sari skills sikhai janiyan is vich jo ki twadi sari civil services journey de naal twade naal rehngiyan राइट सो चेक द डिस्क्रिप्शन बॉक्स एंड एनरोल नाउ आज दे टॉपिक्स देख रहने हैं एलिंग डिस्पेंसरीज पंजाब दी डिस्पेंसरीज रूरल हॉस्पिटल्स ते काफी कंसर्न्स जताए जा रहे ने इना नु देख लेवांगे एसएएस ते आंसर्स च कम मानगे अपने इंडिया तंजानिया डिफेंस टाइप से कुछ डेवलपमेंट हुई है तो अपने लिए इंडिया अफ्रीका रिलेशंस लिए इंपॉर्टेंट है वी विल सी दिस राइट ਸਾਰੀ ਇੰਡੀਆ ਦੀ ਪੰਚਾਇਤਸ ਨੂੰ ਡਿਜੀਟਾਈਜ਼ ਕੀਤਾ ਜਾ ਰਿਹਾ ਹੈ ਯੂਪੀਆਈ ਇਨੇਬਲਡ ਕੀਤਾ ਜਾ ਰਿਹਾ ਹੈ اسپੈਸ਼ਲੀ ਸੋ ਵੈਰੀ ਗ੍ਰੇਟ ਡਿਵੈਲਪਮੈਂਟ ਇਹਦੇ ਬਾਰੇ ਵੀ ਡਿਟੇਲ ਚ ਦੇਖਾਂਗੇ ਥੈਨ ਇਕੋ ਟੂਰਿਜ਼ਮ ਨੂੰ ਬੂਸਟ ਕੀਤਾ ਜਾ ਰਿਹਾ ਹੈ ਹਿਮਾਚਲ ਵਿੱਚ ਰਾਈਟ ਸੋ ਆਪਣੇ ਲਈ ਇਕੋ ਟੂਰਿਜ਼ਮ ਐਜ਼ ਅ ਟੌਪਿਕ ਇੰਪੋਰਟੈਂਟ ਹੈ ਥੈਟ ਵੀ ਵਿਲ ਡਿਸਕਸ ਥੈਨ ਪ੍ਰੀਲਿਮਸ ਲਈ ਇੰਪੋਰਟੈਂਟ ਹੈ ਇਹ ਇੱਕ ਅਵਾਰਡ ਇਜ਼ ਇਨ ਨਿਊਜ਼ ਦੈਟ ਹੈਜ਼ ਬੀਨ ਗਿਵਨ ਟੂ ਪੰਜਾਬੀ ਪੋਇਟ ਸਪੈਸ਼ਲੀ ਤਾਂ ਇਸੇ ਲਈ ਕਰੰਟ ਅਫੇਅਰਸ ਜੀ ਐਸ ਟੂ ਕੁਐਸਚਨ ਆ ਸਕਦਾ ਹੈ ਪੇਪਰ 1 ਵਿੱਚ ਪ੍ਰੀਲਿਮਸ ਚ ਤਾਂ ਇਹਨੂੰ ਥੋੜਾ ਜਿਹਾ ਇਨਫੋਰਮੇਸ਼ਨ ਯਾਦ ਕਰ ਲਵਾਂਗੇ ਆਪਾਂ ਪਿੰਕ ਬਾਲ ਵਰਮ ਦੇ ਅਟੈਕਸ ਨਾਲ ਕਿਵੇਂ ਕਾਟਨ ਕ੍ਰੌਪ ਇੰਪੈਕਟ ਹੋ ਰਹੀ ਹੈ ਇਹਦਾ ਡਾਟਾ ਆਇਆ ਹੈ ਇਹਨੂੰ ਆਨਸਰਸ ਚ ਯੂਜ਼ ਕਰਨ ਲਈ ਵੀ ਕੈਨ ਯੂਜ਼ ਦਿਸ ਡਾਟਾ ਤਾਂ ਇਹਨੂੰ ਲਿਖ ਲਵਾਂਗੇ ਆਪਦੇ ਕੋਲ ਦੈਨ ਅਬੋਹਰ ਚ ਹਾਈਸਿੰਥ ਕਿਵੇਂ ਡੈਮੇਜ ਕਰ ਰਹੀ ਹੈ ਗਰੋਥ ਸਹੀ ਸਿੰਧ ਆਪਣੇ ਲਈ ਕਾਫੀ ਇੰਪੋਰਟੈਂਟ ਹੈ ਪ੍ਰੀਲਿਮਸ ਹੋਵੇ ਚਾਹੇ ਮੇਨਸ ਹੋਵੇ এনवायरमेंट اور ਸਾਇੰਸ ਦਾ ਇਹਨੂੰ ਡਿਸਕਸ ਕਰ ਲਵਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘਸ ਡੈਥ ਐਨਿਵਰਸਰੀ ਸੋ ਦਿਸ ਟਾਪਿਕ ਇਜ਼ ਵੈਰੀ ਵੈਰੀ ਇੰਪੋਰਟੈਂਟ ਫਾਰ ਪ੍ਰੀਲਿਮਸ ਐਸ ਵੈਲ ਐਸ ਮੇਨ ਸਪੈਸ਼ਲੀ ਫਾਰ ਪੰਜਾਬ ਪੀਸੀਐਸ ਮੇਨਸ ਕਿਉਂਕਿ ਡਾਇਰੈਕਟਲੀ ਆਲਮੋਸਟ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਨਾ ਕਿਸੇ ਐਸਪੈਕਟ ਤੇ ਇੱਕ ਨਾ ਇੱਕ ਕੁਐਸਚਨ ਆਮਦਾ ਹੀ ਹੈ ਕਿਉਂਕਿ ਇਹ ਡਾਇਰੈਕਟਲੀ ਆਪਣੇ ਸਿਲੇਬਸ ਚ ਵੀ ਮੈਂਸ਼ਨਡ ਹੈ

ਫਾਈਨਲੀ ਗਵਰਨਰਸ ਓਵਰ ਰੂਚ ਕਿਵੇਂ ਤਮਿਲਨਾਡੂ ਗਵਰਨਰ ਨੇ ਕੁਝ ਐਜੇ ਸਟੈਪ ਲਿੱਤੇ ਥੈਟ ਇਜ਼ ਓਵਰ ਰੀਚਿੰਗ ਦੀ ਪਾਵਰਸ ਆਫ ਦੀ ਸਟੇਟ ਗਵਰਨਮੈਂਟ ਠੀਕ ਹੈ ਅਗੇਨ ਐਂਡ ਅਗੇਨ ਇਹ ਇਸ਼ੂ ਚੱਲਦਾ ਰਹਿੰਦਾ ਹੈ ਕਿ ਗਵਰਨਰ ਤੇ ਸਟੇਟ ਗਵਰਨਮੈਂਟ ਦੇ ਵਿੱਚ ਕਾਫੀ ਕਨਫਲਿਕਟਸ ਦੇਖੇ ਜਾਂਦੇ ਨੇ ਨਾਟ ਜਸਟ ਇਨ ਤਮਿਲਨਾਡੂ ਬਟ ਇਨ ਆਲ ਪਾਰਟਸ ਆਫ ਇੰਡੀਆ ਤਾਂ ਇੱਥੇ ਵੀ ਆਪਾਂ ਨੂੰ ਇੱਕ ਰੀਸੈਂਟ ਐਗਜ਼ਾਮਪਲ ਦੇਖਣ ਨੂੰ ਮਿਲੀ ਹੈ ਜਿਹਦੀ ਆਪਾਂ ਡਿਟੇਲ ਅੱਗੇ ਦੇਖਾਂਗੇ Right, let's start the discussion. Before that, please subscribe to the channel. Many videos watch the videos, but they do not subscribe. Please like, share, and subscribe the channel as much as you can. Right, let's start with the first topic ailing dispensaries. ਸੋ ਦੇਖੋ ਨਿਊਜ਼ ਆ ਰਹੀ ਸੀ ਪਿਛਲੇ ਹਫਤੇ ਵਿੱਚ ਕਾਫੀ ਰੂਲਰ ਜੋ ਪੰਜਾਬ ਦੇ ਹਸਪੀਟਲਸ ਹੈ ਜਾਂ ਛੋਟੇ ਛੋਟੇ ਡਿਸਪੈਂਸਰੀਜ਼ ਹੈ ਉਹਨਾਂ ਦੀ ਕੰਡੀਸ਼ਨਸ ਬਾਰੇ ਹਾਈਲਾਈਟ ਕੀਤਾ ਜਾ ਰਿਹਾ ਸੀ ਕਿ ਕਿਵੇਂ ਬੁਰੀ ਕੰਡੀਸ਼ਨ ਹੈ ਲੋਕਾਂ ਨੂੰ ਹੈਲਥ케어 ਪ੍ਰੋਵਾਈਡ ਕਰਨ ਲਈ ਵਿੱਚ ਉਹ ਅਸਮਰਥ ਨੇ ਰਾਈਟ ਤਾਂ ਇਹਨਾਂ ਡਿਸਪੈਂਸਰੀਜ਼ ਵਿੱਚ ਇਸ਼ੂਸ ਕਾ ਫੇਸ ਹੋ ਰਹੇ ਨੇ राइट right, ओवरऑल अगर हेल्थ सेक्टर ਤੇ ਤੁਹਾਨੂੰ ਕੋਈ ਵੀ ਕੁਐਸਚਨ ਆਵੇ ਤੁਸੀਂ ਇਹ ਪੁਆਇੰਟਸ ਯੂਜ਼ ਕਰ ਸਕਦੇ ਹੋ ਬਿਕਾਜ਼ 에ਵਰੀਵੇਅਰ ਇਨ ਇੰਡੀਆ ਥੀਸ ਪ੍ਰੋਬਲਮਸ ਆਰ ਬੀਂਗ ਫੇਸਡ ਅਗਰ ਪ੍ਰਾਈਵੇਟ ਹਸਪੀਟਲਸ ਨਹੀਂ ਹੈ ਗਵਰਨਮੈਂਟ ਹਸਪੀਟਲਸ ਜਿੱਥੇ ਵੀ ਨੇ ਇਫ ਯੂ ਆਰ ਡਿਪੈਂਡਿੰਗ ਔਨ ਗਵਰਨਮੈਂਟ ਹਸਪੀਟਲਸ ਫਾਰ ਯੋਰ ਵੈਲਬੀਂਗ ਦੈਨ ਥੀਸ ਕਾਈਂਡ ਔਫ ਪ੍ਰੋਬਲਮਸ ਆਰ ਫੇਸਡ 에ਵਰੀਵੇਅਰ ਠੀਕ ਹੈ ਜੀ ਤਾਂ ਇਹ ਪ੍ਰੋਬਲਮਸ ਕੀ ਹੈ ਸਭ ਤੋਂ ਪਹਿਲਾਂ ਸਟਾਫ ਸ਼ਾਰਟੇਜ ਡਾਕਟਰ ਹੋਵੇ ਚਾਹੇ ਨਰਸਿਸ ਹੋਣ ਕੰਪਾਊਂਡਰਸ ਹੋਣ ਜਿੰਨੇ ਵੀ ਵਰਕਰਸ ਨੇ ਦੇ ਆਰ ਇਨ ਲੋਟ ਆਫ ਸ਼ਾਰਟੇਜ ਥੋੜੇ ਥੋੜੇ ਵਰਕਰਸ ਹੀ ਜਿਹੜੇ ਹੈ ਬਹੁਤ ਸਾਰੇ ਪੇਸ਼ੈਂਟਸ ਦੀ ਜ਼ਿੰਮੇਵਾਰੀ ਸੰਭਾਲਦੇ ਨੇ ਰਾਈਟ ਇਨ ਸਮ ਆਰਟੀਕਲਸ ਯੂ ਵਿਲ ਇਵਨ ਗੈਟ ਅ ਡਾਟਾ ਟੂ ਡਾਕਟਰ ਟੂ ਪੇਸ਼ੈਂਟ ਰੇਸ਼ੀਓ ਵਗੈਰਾ ਅਗਰ ਇਹ ਆਇਆ ਡਾਟਾ ਤਾਂ ਆਪਦੇ ਕੋਲ ਲਿਖ ਕੇ ਰੱਖਿਓ ਥਿਸ ਵਿਲ ਹੈਲਪ ਯੂ ਇੰਡੀਆ ਵਿੱਚ ਇਹ ਰੇਸ਼ੀਓ ਜਿਹੜੀ ਹੈ ਕਾਫੀ ਹਾਈ ਹੈ ਜਿਹਦੀ ਵਜ੍ਹਾ ਤੇ ਇੱਕ ਇੱਕ ਡਾਕਟਰ ਤੇ ਕਾਫੀ ਬਰਡਨ ਰਹਿੰਦਾ ਹੈ ਦੇ ਆਰ ਨਾਟ ਏਬਲ ਟੂ ਸੀ ਦਾ ਪੇਸ਼ੈਂਟਸ appropriately ਤੁਸੀਂ ਕਿਸੇ ਵੀ ਗਵਰਨਮੈਂਟ ਹਸਪੀਟਲ ਚ ਚੱਲ ਜਾਓ ਅਗਰ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਤੁਸੀਂ ਪੀਜੀਆਈ ਦੀ ਹਾਲਤ ਦੇਖੀ ਹੋਏਗੀ ਆਪੀਡੀ ਦੀ ਸਪੈਸ਼ਲੀ ਆਪੀਡੀ ਜਿੱਥੇ ਹਰ ਰੋਜ਼ ਪੇਸ਼ੈਂਟਸ ਆਉਂਦੇ ਰਹਿੰਦੇ ਆ ਫਰੈਸ਼ ਆਊਟਪੇਸ਼ੈਂਟ ਡਿਪਾਰਟਮੈਂਟ ਦਾ ਡਾਕਟਰ ਜਿਹੜੇ ਲੱਦੇ ਪਏ ਹੁੰਦੇ ਆ ਹਸਪੀਟਲ ਜਿਹੜੇ ਲੱਦੇ ਪਏ ਹੁੰਦੇ ਆ ਦੇ ਡੂ ਨਾਟ ਹੈਵ ਦੀ ਕਪੈਸਿਟੀ ਟੂ ਡੀਲ ਵਿਦ ਸੋ ਮਨੀ ਪੇਸ਼ੈਂਟਸ ਥੈਟ ਆਰ देयर ਸੋ ਦਾ ਸਟਾਫ ਸ਼ਾਰਟੇਜ ਇਜ਼ देयर ਨੰਬਰ ਆਫ ਡਾਕਟਰਸ ਨਰਸਸ ਥੇ ਆਰ ਵੈਰੀ ਲੋ ਠੀਕ ਹੈ ਜੀ ਅਗਰ ਰੂਰਲ ਏਰੀਆਜ਼ ਦੀ ਆਪਾਂ ਗੱਲ ਕਰੀਏ ਤਾਂ ਡਾਕਟਰਸ ਦਾ ਫਾਰਮਾਸਿਸਟ ਵੀ ਬਨੇ ਬੈਨੇ ਦਵਾਈਆਂ ਵੀ ਦਿੰਦੇ ਨੇ ਦੇਖੋ ਫਾਰਮੇਸੀ ਅਲੱਗ ਹੋਣੀ ਚਾਹੀਦੀ ਹੈ ਡਾਕਟਰ ਦਾ ਕੰਮ ਹੈ ਪ੍ਰੈਸਕ੍ਰਿਪਸ਼ਨ ਲਿਖਣਾ ਫਾਰਮੇਸੀ ਨੂੰ ਫਾਰਮੇਸੀ ਦਾ ਕੰਮ ਕਰਨਾ ਚਾਹੀਦਾ ਹੈ ਬਟ ਕਿਉਂਕਿ ਸਟਾਫ ਸ਼ੋਰਟੇਜ ਹੈ ਬੰਦਿਆਂ ਦੀ ਛੋਟੇਜ ਹੈ ਅ ਪੜੇ ਲਿਖੇ ਲੋਕਾਂ ਦੀ ਸ਼ੋਰਟੇਜ ਹੈ ਇਸੇ ਲਈ ਡਾਕਟਰਸ ਨੂੰ ਫਾਰਮਾਸਿਸਟ ਦਾ ਕੰਮ ਵੀ ਕਰਨਾ ਪੈ ਰਿਹਾ ਹੈ ਇੰਨਾਂ ਛੋਟੇ ਡਿਸਪੈਂਸਰੀਜ਼ ਠੀਕ ਹੈ ਜੀ ਇਸ ਤੋਂ ਬਾਅਦ ਬਿਲਡਿੰਗਸ ਇਨਫਰਾਸਟ੍ਰਕਚਰ ਦੀ ਅਗਰ ਆਪਾਂ ਗੱਲ ਕਰ ਲਈਏ ਬਹੁਤ ਹੀ ਬੁਰੀ ਹੈ ਕਿ ਕੁਦਮ ਬਹੁਤ ਸਾਰੇ ਗਵਰਨਮੈਂਟ ਹਸਪੀਟਲਸ ਦੇਖੇ ਹੋਣਗੇ 인ਫਰਾਸਟ੍ਰਕਚਰ ਪੂਰਾ ਨਹੀਂ ਹੁੰਦਾ ਬਿਲਡਿੰਗਸ ਹੀ ਪੁਰਾਨੀਆਂ ਟੁੱਟੀਆਂ ਭੱਜੀਆਂ ਕਾਲੀਆਂ ਬਿਲਡਿੰਗਸ ਹੁੰਦੀਆਂ ਹੈ ਐਂਡ ਦੈਨ देयर 인ਫਰਾਸਟ੍ਰਕਚਰ ਇਕੁਪਮੈਂਟਸ ਇਨ ਦੋਜ਼ ਬਿਲਡਿੰਗਸ ਇਜ਼ ਐਬਸੈਂਟ ਰਾਈਟ ਫਾਈਨਲੀ ਜਿਹੜਾ ਬਜਟ ਹੈ ਮੈਡੀਕਲ ਜਾਂ ਡਾਇਗਨੋਸਟਿਕ ਕਾਸਟ ਜਿਹੜੀਆਂ ਹੈ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ ਤਾਂ ਉਹਨਾਂ ਲਈ ਵੀ ਪੈਸੇ ਜਿਹੜੇ ਹੈ ਨਹੀਂ ਹੁੰਦੇ ਠੀਕ ਹੈ ਤਾਂ ਇਹ ਸਾਰੇ ਪੁਆਇੰਟਸ ਤੁਸੀਂ ਲਿਖ ਸਕਦੇ ਹੋ ਇਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਦੇਖੋ ਪੰਜਾਬ ਦੀ 66% ਪੰਜਾਬ ਕਾ ਪੂਰੇ ਇੰਡੀਆ ਦੀ ਹਜੇ ਤੱਕ 66% ਜਿਹੜੀ ਪੋਪੂਲੇਸ਼ਨ ਹੈ ਉਹ ਰੂਰਲ ਏਰੀਆਜ਼ ਵਿੱਚ ਰਹਿੰਦੀ ਹੈ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਰੂਰਲ ਏਰੀਆਜ਼ ਦੀ ਹੈਲਥ케ਅਰ এডਿਕੇਸ਼ਨ ਵਗੈਰਾ ਨੂੰ ਇੰਪਰੂਵ ਕਰੀਏ ਰਾਈਟ ਠੀਕ ਹੈ ਜੀ ਤਾਂ ਇਹ ਸਾਰੇ ਪੁਆਇੰਟਸ ਤੁਸੀਂ ਲਿਖ ਕੇ ਰੱਖਨੇ ਹੈ ਐਂਡ ਯੂ ਕੈਨ ਯੂਜ਼ ਥੈਮ ਇਨ ਯੋਰ ਆਨਸਰਸ ਠੀਕ ਹੈ ਨੈਕਸਟ ਪੁਆਇੰਟ ਹੈ ਇੰਡੀਆ ਤਾਂਜ਼ਾਨੀਆ राइट सो इंडिया तानजेनिया भी अपने लिए जो आर्टिकल्स है ये इंपोर्टेंट ने सो इंडिया अफ्रीका टाइज लिए अपने इंपोर्टेंट है सो इंडिया अफ्रीका एफ्रीका ओवरऑल जो व्यू है दैट वी हैव टू अंडरस्टैंड इंडिया तानजेनिया से डायरैक्ट अपने तो क्वेश्चन नहीं पूछा जाएगा बट इंडिया अफ्रीका रिलेंस इंपोर्टेंट है तो वो ही आप इंडिया तानजेनिया के टाइज की एज एन एग्जैम्पल लिख सकते हैं ਕੋ ਰੀਸੈਂਟਲੀ ਕੀ ਹੋਇਆ ਇੰਡੀਆ ਟਾਂਜ਼ਾਨੀਆ ਨੇ ਜੁਆਇੰਟ ਡਿਫੈਂਸ ਕਮਿਸ਼ਨ ਕ ਜਿਹੜੀ ਕਾਰਪੋਰੇਸ਼ਨ ਕਮੇਟੀ ਹੈ ਉਹਨਾਂ ਦੀ ਗੱਲਬਾਤ ਹੋਈ ਟੂ ਡਿਵੈਲਪ ਅ 5 ਇਅਰ ਰੋਡਮੈਪ ਫॉर ਡਿਫੈਂਸ ਕੋਆਪਰੇਸ਼ਨ ਅੱਗੇ 5 ਸਾਲ ਅੱਗੇ ਆਉਣ ਵਾਲੇ 5 ਸਾਲ ਵਿੱਚ ਕਿਵੇਂ ਇੰਡੀਆ ਵਿਲ ਹੈਲਪ ਤਾਂਜ਼ੀਨੀਆ ਬੂਸਟ ਇਸ ਡਿਫੈਂਸ ਇਨਫਰਾਸਟ੍ਰਕਚਰ ਇਟਸ ਡਿਫੈਂਸ ਕਪੈਸਿਟੀਜ਼ ਠੀਕ ਹੈ ਤਾਂ ਇੰਡੀਆ ਨੇ ਕਿਆ ਕਿਆ ਕਮਿਟ ਕੀਤਾ ਹੈ ਇੰਡੀਆ ਵਿਲ ਹੈਲਪ ਇਨ ਟ੍ਰੇਨਿੰਗ ਤਾਂਜ਼ੀਨੀਅਨ ਪਰਸਨਲ ਕਪੈਸਿਟੀ ਬਿਲਡਿੰਗ ਤੇ ਕੰਮ ਕਰਨਗੇ ਸਪੈਸ਼ਲੀ ਮੈਰੀਟਾਈਮ ਸੈਕਟਰ ਚ ਠੀਕ ਹੈ ਜੀ ਇਨਫਰਾਸਟ੍ਰਕਚਰ ਬਿਲਡਿੰਗ ਤੇ ਫੋਕਸ ਕੀਤਾ ਜਾਏਗਾ ਡਿਫੈਂਸ ਇਕਵਿਪਮੈਂਟ ਐਂਡ ਟੈਕਨੋਲੋਜੀ ਤੇ ਵੀ ਮਤਲਬ ਆਪਾਂ ਟੈਕਨੋਲੋਜੀ ਸ਼ੇਅਰਿੰਗ ਵੀ ਉਹਨਾਂ ਨਾਲ ਕਰਾਂਗੇ राइट सो अगर जबो भी ਤੁਸੀਂ ਇੰਡੀਆ افریقا ਟਾਈਜ਼ ਲਿਖਦੇ ਹੋ ਦੈਨ ਯੂ ਕੈਨ ਆਲਵੇਸ ਮੈਂਸ਼ਨ ਦੈਟ ਇਨ ਦ ਸਿਕਿਉਰਿਟੀ ਸੈਕਸ਼ਨ ਆਲਸੋ ਵੀ ਆਰ ਕੋਆਪਰੇਟਿੰਗ ਫਾਰ ਐਗਜ਼ਾਮਪਲ ਰੀਸੈਂਟਲੀ ਇੰਡੀਆ ਐਂਡ ਤਾਂਜ਼ਾਨੀਆ ਦੇ ਸਾਈਨਡ ਯੂ نو 5 ਇਅਰ ਡਿਫੈਂਸ ਕੋਆਪਰੇਸ਼ਨ ਰੂਡ ਮੈਪ ਦੇ ਸਾਈਨਡ ਇਨ ਵਿੱਚ ਦਿਸ ਵਾਸ தி ਕਮਿਟਿਡ ਏਰੀਆਜ਼ ਆਫ ਕਨਸਰਨ राइट इस तरीके ਨਾਲ ਤੁਸੀਂ ਇਸ ਨਿਊਜ਼ ਆਈਟਮ ਨੂੰ ਐਡ ਕਰ ਸਕਦੇ ਹੋ ਵੈਸੇ ਤanzania ਛੋਟੀ ਘੰਟਰੀ ਹੈ ਡਾਇਰੈਕਟਲੀ ਕੁਐਸਚਨ ਆਨਾ ਇਸ ਲੈਸ ਲਾਈਕਲੀ ਬਟ ਇੰਡੀਆ ਆਫਰੀਕਾ ਤੇ ਓਵਰਆਲ ਕੁਐਸਚਨ ਆ ਸਕਦਾ ਹੈ ਇਨ दैट ਯੂ ਕੈਨ ਯੂਜ਼ ਦਿਸ ਐਸ ਐਨ ਐਗਜ਼ਾਮਪਲ ਰਾਈਟ ਨੈਕਸਟ ਨਿਊਜ਼ ਆਰਟੀਕਲ ਕਰਦੇ ਆ 올 ਪੰਚਾਇट्स टू बी डिक्लेअर्ड यूपीआई इनेबल्ड सो ਗਵਰਨਮੈਂਟ ਹੈਜ਼ ਬੀਨ ਟ੍ਰਾਈਂਗ ਟੂ ਟ੍ਰੈਡ ਡਿਜੀਟਾਈਜ਼ੇਸ਼ਨ ਇਨ ਪੰਚਾਇਤ ਸਪੈਸ਼ਲੀ ਹਨ ਫਾਈਨੈਂਸ਼ੀਅਲ ਏਰੀਆ ਵਿੱਚ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੈ ਸਿੱਧੇ ਪੰਚਾਇਤਸ ਦੇ ਥਰੂ ਬਹੁਤ ਸਾਰੀਆਂ ਆਪਣੀਆਂ ਸਕੀਮਸ ਪ੍ਰੋਗਰਾਮਸ ਐਂਡ ਦੇ ਪਾਸ ਟੂ ਦੀ ਫਾਈਨਲ ਬੈਨੀਫਿਸ਼ ਫਾਰਮਰਸ ਹੋਣ ਔਰ ਹੋਣ ਜਾਂ ਐਸੇ ਤਰੀਕੇ ਦੇ ਗ੍ਰਾਸ ਰੂਟ ਲੈਵਲ ਤੇ ਜਿਹੜੇ ਵੀ ਲੋਕ ਬੈਨੀਫਿਟ ਕਰਦੇ ਆ ਉਹ ਬਹੁਤ ਸਾਰੀ ਸਕੀਮਸ ਪੰਚਾਇਤ ਦੇ ਥਰੂ ਹੀ ਹੋ ਕੇ ਜਾਂਦੀਆਂ ਰਾਈਟ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਪੰਚਾਇਤਸ ਦੇ ਲੈਵਲ ਤੇ ਫਾਈਨੈਂਸ਼ੀਅਲ ਇਨਕਲੂਜਨ ਜਾਂ ਫਾਈਨੈਂਸ਼ੀਅਲ ਇਨਫਰਾਸਟ੍ਰਕਚਰ ਬਣਾਇਆ ਜਾਏ ਸੋ ਥੈਟ ਕੈਸ਼ ਵਿੱਚ ਡੀਲਿੰਗ ਘੱਟ ਹੋਵੇ ਜਾਂ ਬੈਂਕ ਅਕਾਊਂਟਸ ਦੇ ਵਿੱਚੋਂ ਡੀਲਿੰਗ ਘੱਟ ਹੋਵੇ ਆਈ ਮੀਨ ਲੀਕੇਜਸ ਦੀ ਪ੍ਰੋਬੈਬਿਲਿਟੀ ਜਿਹੜੀ ਹੈ ਉਹ ਘੱਟ ਜਾਵੇ ਰਾਈਟ right? ਅਗਰ UPI ਇਨੇਬਲਡ ਹੁੰਦਾ ਤਾਂ ਸਿੱਧਾ ਇਥੋਂ ਸਰਕਾਰ ਜਿਹੜੀ ਹੈ ਸੈਂਟਰਲ ਜਾਂ ਸਟੇਟ ਗਵਰਨਮੈਂਟ ਪੈਸਾ ਪਾ ਦਿੰਦੀ ਹੈ ਸਿੱਧਾ ਬੈਨੇਫਿਸ਼ੀਅਰੀ ਦੇ ਅਕਾਊਂਟ ਵਿੱਚ ਜਾਂਦੀ ਹੈ ਇਹ ਜਿਹੜੇ ਇੰਟਰਮੀਡੀਅਰਿਸ ਹੈ ਪੰਚਾਇਤ ਸੀ ਤਰ੍ਹਾਂ ਇੰਟਰਮੀਡੀਅਰਿਸ ਹੈ ਉਹਨਾਂ ਨੂੰ ਆਪਾਂ ਕੱਟ ਕਰ ਸਕਦੇ ਰਾਈਟ ਤੋਂ ਹਰ ਰੂਰਲ ਏਰੀਆ ਵਿੱਚ ਹਰ ਪੰਚਾਇਤ ਵਿੱਚ ਯੂਪੀਆਈ ਇਨੇਬਲਡ ਸਿਸਟਮਸ ਇੰਸਟਾਲ ਕਰਨ ਤੇ ਗਵਰਨਮੈਂਟ ਫੋਕਸ ਕਰ ਰਹੀ ਹੈ ਆਲਰੇਡੀ ਅਕੋਰਡਿੰਗ ਟੂ ਦੀ ਗਵਰਨਮੈਂਟ ਅਕੋਰਡਿੰਗ ਟੂ ਦੀ ਪੰਚਾਇਤੀ ਰਾਜ ਮਿਨਿਸਟਰੀ 98% ਪੰਚਾਇਤਸ ਹੈਵ ਬੀਨ ਇਨੇਬਲਡ ਵਿਦ ਯੂਪੀਆਈ ਸਰਵਿਸਿਜ਼ इट सीधा जो लोग है यूपीआई के थ्रू पेमेंट्स कर सकते हैं दैट मीनस गवर्नमेंट सीधा उन्होंने बैंक अकाउंट्स पैसे पा रही है थ्रू डिफरेंट स्कीम्स डायरिफिट ट्रांसफर स्कीम ऑलरेडी चल रही है एंड नाउ बेनीफिशरीज कैन यूज यूजीआई टू मेक डायरेक्ट राइट सो दैट इज वाई दिस इज वेरी इंपॉर्टेंट डिजिटाइजेशन मैथड्स जो भी गवर्नमेंट है गवर्मेंट एट पंचायत लैवल बहुत इंपोर्टेंट हैल्स इन चैकिंग लीकेजिज करपैरासिस घट हो ਸਕੀਮਸ ਦੀ ਐਫੀਸ਼ੀਐਂਸੀ ਵਧੇ ਠੀਕ ਹੈ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਰਾਜੀਵ ਗਾਂਧੀ ਗਵਰਨਮੈਂਟ ਹੀ ਯੂਸ ਟੂ ਸੇ ਥੈਟ ਵੀ ਸਪੈਂਡ ਇਫ ਵੀ ਸਪੈਂਡ 1 ਰੁਪੀ ਔਨ ਔਨ ਦੀ ਪੀਪਲ ਆਫ ਇੰਡੀਆ ਦਾ ਐਕਚੁਅਲ ਅਮਾਉਂਟ ਥੈਟ ਰੀਚਸ ਦੀ ਪੀਪਲ ਇਜ਼ ਜਸਟ 15 ਪੈਸਾ ਔਰ ਰੈਸਟ 85 ਪੈਸਾ ਜਿਹੜਾ ਹੈ ਉਹ ਰਸਤੇ ਵਿੱਚ ਇੰਟਰਮੀਡੀਅਰੀਜ਼ ਹੀ ਖਾਲੰਦੇ ਆ दैट मींस दैट इज व्हाई आवर ਸਕੀਮਸ ਆਰ ਨਾਟ ਗਿਵਿੰਗ ਅਸ ਰਿਜ਼ਲਟਸ ਰਾਈਟ ਇਸੀ ਲਈਏ ਦੁਨੀਆ ਵਿੱਚ ਦੁਨੀਆ ਕਹਿ ਰਹੀ ਹੈ ਇੰਡੀਆ ਵਿੱਚ ਪਾਵਰਟੀ ਐਂਡ ਹੰਗਰ ਇਸ ਸਟਿਲ ਹਾਈ ਦੇਸਪਾਈਟ ਗਵਰਨਮੈਂਟ ਸਪੈਂਡਿੰਗ ਸੋ ਮੱਚ ਮਨੀ ਰਾਈਟ ਸੋ ਇਹ ਹੀ ਐਫੀਸ਼ੀਐਂਸੀ ਆਫ ਸਕੀਮਸ ਬਧੇਗੀ ਜਿੰਨੀ ਜ਼ਿਆਦਾ ਡਿਜੀਟਾਈਜ਼ੇਸ਼ਨ ਹੋਏਗੀ ਸਪੈਸ਼ਲੀ ਰੂਰਲ ਏਰੀਆ ਚ ਹੋਸਟ ਬੈਨੀਫੀਸ਼ਰੀਜ਼ ਦਾ ਟ੍ਰੈਂਡ ਜਿਹੜਾ ਹੈ ਉਹ ਘਟੇਗਾ ਸਰਵਿਸ ਡਿਲੀਵਰੀ ਗਵਰਨਮੈਂਟ ਦੀ ਬੈਟਰ ਹੋਏਗੀ ਐਂਡ ਅਲਟੀਮੇਟਲੀ ਡਿਵੈਲਪਮੈਂਟਲ ਸਕੀਮਸ ਦੇ ਰਿਜ਼ਲਟਸ ਆਊਟਕਮਸ ਊਡ ਬੀ ਬੈਟਰ ਰਾਈਟ ਸੋ ਇਹ ਸਾਰੇ ਫਾਇਦੇ ਹੈ ਫਰਮ ਆਲ ਦਾ ਡਿਜੀਟਾਈਜੇਸ਼ਨ ਥੈਟ ਗਵਰਨਮੈਂਟ ਇਜ਼ ਅੰਡਰਟੇਕਿੰਗ ਨਾਓ ਯੂਪੀਆਈ ਵਿਲ ਆਲਸੋ ਹੈਲਪ ਇਨ ਥੈਟ ਰਾਈਟ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇਜ਼ ਆਲਸੋ ਅ ਪਾਰਟ ਆਫ ਡਿਜੀਟਾਈਜੇਸ਼ਨ ਐਫਰਟ ਓਨਲੀ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇਹ ਸਪੈਸ਼ਲੀ ਸੈਂਟਰਲ ਗਵਰਨਮੈਂਟ ਨੇ ਬਣਾਇਆ ਤਾਂ ਕਿ ਉਹਨਾਂ ਦੀ ਸਕੀਮਸ ਜਿਹੜੀਆਂ ਉਹਦੇ ਜਿਹੜੇ ਫੰਡਸ ਜਿਹੜੇ ਜਾ ਰਹੇ ਨੇ ਬੈਨੀਫੀਸ਼ਰੀ ਤੱਕ ਟੂ ਵੇਰੀਅਸ ਇੰਟਰਮੀਡੀਏਟਰੀਜ਼ ਉਹ ਟਰੈਕ ਹੋ ਸਕਣ ਰਾਈਟ ਸੋ ਇਹ ਪਬਲਿਕ ਫੰਡ ਮੈਨੇਜਮੈਂਟ ਸਿਸਟਮ ਇਜ਼ ਅ ਟੈਕਨੀਕ ਥੈਟ ਹੈਜ਼ ਬੀਨ ਏਮਪਲੋਇਡ ਬਾਈ ਦੀ ਸੈਂਟਰਲ ਗਵਰਨਮੈਂਟ ਟੂ ਓਵਰਲੁੱਕ ਔਨ ਦੀ ਟ੍ਰਾਂਸਫਰ ਆਫ ਬੈਨੀਫਿਟਸ ਟੂ ਦੀ ਬੈਨੀਫੀਸ਼ਰੀ ਠੀਕ ਹੈ ਤਾਂ ਇਹ ਸਭ ਬੈਨੀਫਿਟਸ ਨੇ ਤੁਸੀਂ ਡਿਜੀਟਾਈਜੇਸ਼ਨ ਦੇ ਵਿੱਚ ਇਹਨੂੰ ਇਹ ਸਾਰੇ ਪੁਆਇੰਟਸ ਨੂੰ ਯੂਜ਼ ਕਰ ਸਕਦੇ ਹੋ राइट देन टू गिव फिलिप टू इको टूरिज्म हिमाचल रेडीज मास्टर प्लान देखो ये हिमाचल अपने पंजाब पीसीएस ले कोई इंपॉर्टेंट नहीं है स्पेसिफिक स्टेट द प्लान बट इको टूरिज्म एज अ कांसेप्ट इज इंपॉर्टेंट गेटे डायरेक्ट क्वेश्चन आ सकता है यूपीएससी विच तो ऑलरेडी पूछा जा चुका है एनवायरनमेंट द सेक्शन विच पंजाब पीसीएस च भी पूछा जा सकता है वेरी हाई पोटेंशियल टॉपिक ਇਸ ਲਈ ਮੈਂ ਸਾਰੀ ਡਿਟੇਲ ਦੇ ਦਿੱਤੀ ਹੈ ਤੁਹਾਨੂੰ ਇਕੋ ਟੂਰਿਜ਼ਮ ਦੀ ਡੈਫੀਨੇਸ਼ਨ ਕੀ ਹੈ ਯੂ ਵਿਲ ਗੈਟ ਇਦ ਅ ਪਰਪਸਸਿਸ ਕੀ ਹੁੰਦੇ ਆ ਟੂ ਐਜੂਕੇਟ ਦਾ ਪੀਪਲ ਟੂ ਅ ਰੇਜ਼ ਅਵੇਅਰਨੈਸ ਅਬਾਊਟ ਇਕੋਲੋਜੀ এনवायरमेंट ਫੋਰੈਸ ਦੀ ਇੰਪੋਰਟੈਂਸ ਬਾਰੇ ਟੂ ਰੇਜ਼ ਫੰਡਸ ਫਾਰ ਕਨਜ਼ਰਵੇਸ਼ਨ ਐਂਡ ਆਲਸੋ ਸਬ ਤੋਂ ਇੰਪੋਰਟੈਂਟ ਪੁਆਇੰਟ ਇਕੋ ਟੂਰਿਜ਼ਮ ਦਾ ਹੁੰਦਾ ਹੈ ਲੋਕਲ ਕਮਿਊਨਿਟੀਜ਼ ਜਿਹੜੀਆਂ ਇਹ ਪ੍ਰਿਸਟੀਨ ਜਗਾਵਾਂ ਤੇ ਰਹਿ ਰਹੀਆਂ ਹਨ ਉਹਨਾਂ ਦੇ ਰਾਈਟਸ ਤੇ ਉਹਨਾਂ ਦੀ ਯੂ نو ਸਪੇਸ ਨੂੰ ਕਨਜ਼ਰਵ ਕੀਤਾ ਜਾ ਸਕੇ right so these are the four pillars of ecotourism do remember them and write them in your answers theek hai ji agge guiding principles again ecotourism nu no ki ki dhyan rakh ke kita jana chahiye da hai ode bare likhya hai ide positive impacts kya an gay right preserve ecosystems obviously raise awareness raise revenue in a इको फ्रेंडली मैनर इम्पलॉयमेंट अपॉर्चुनिजल स्पैशली इम्पलॉयमेंट अपरचुनिजनरेट करते हैं हम देखो हिमाचल विच इन्ना टूरिज्म गया है पीपल आर गोइंग टू हिमाचल नाउ एंड देर आर डिफरेंट कई अपॉर्चुनिटीज अप दे कैन बी गाइड दे कैन ओपन रेस्टोरेंट रेस्टोरेंट ढाबाजो वैरी फेमस अमंग दाउ इवन होम स्टेड टूरिज्म इज फेमस होम स्ट मतलब actual, जाके रह रहे हो टू एक्सपीरियंस देअर कल्चर सो होम स्टेड टूरिज्म पेस

so we are in a sense by promoting eco tourism we are able to preserve local local culture assi tourist nu eh sab dikhana hai isiliye we will keep practicing this we will not forget this right otherwise the we are adopting western ways increasingly assi purane apne you know ancestral culture ta pulli chukke hai punjab vich tu dekho rotian pehla apna tove jo pani hat di roti kende si apa tandoor banande si hand made tandoor wagera hunde si butter milk ਸਭ ਤਾਂ ਪੈਕਟਡ ਹੋ ਗਿਆ ਹੈ ਰਾਈਟ ਵੀ ਆਰ ਲੂਜ਼ਿੰਗ ਟੱਚ ਵਿਦ आवर ਲੋਕਲ ਕਲਚਰ ਆਪਣੀ ਨੈਕਸਟ ਜਨਰੇਸ਼ਨ ਦੇ ਵੁੱਡ ਨਾਟ ਇਵਨ ਨੋ ਕਿ ਮੱਖਣ ਬੰਦਾ ਕਿਵੇਂ ਮਲਾਈ ਬੰਦੀ ਕਿਵੇਂ ਹੈ ਰਾਈਟ ਸੋ ਆਲ ਆਫ ਥੈਟ ਕੈਨ ਬੀ ਸ਼ੋਕੇਸਡ ਥਰੂ ਈਕੋ ਟੂਰਿਜ਼ਮ ਇਨ ਇਨ ਟਰਨ ਪ੍ਰੀਜ਼ਰਵਿੰਗ ਦਾ ਲੋਕਲ ਕਲਚਰ ਆਲਸੋ ਰਾਈਟ ਵਿਲੇਜ ਟੂਰਿਜ਼ਮ ਨਾਲ ਵੀ ਇਹ ਆਪਾਂ ਪ੍ਰੋਮੋਟ ਕਰ ਸਕਦੇ ਆ ਮੈਂ ਪਹਿਲਾਂ ਵੀ ਤੁਹਾਨੂੰ ਇਹ ਦੱਸ ਚੁੱਕੀ राइट सो टूरिज्म के काफ़ी सारे बेनीफिट है बट अगर सस्टेनेबल वे चा जाए तो सारी पार्टीज right? so, right? so, सारे स्टेक होल्डर जे इनवॉल्व है उन्होंने फायदा होंगे है नॉट जस्टली टूरिस्ट का फायदा राइट सो बिजनेसिज भी काफ़ी वन गए प्रोटैक्टेड एरियाज की कॉन्जरवे भी बे फोकस किया जाता है राइट सो टू इको टूरिज्म सारे नोट्स बना के रखो यू कैन यूज दैम इनर आंसरस दैन करंट अफेयर जी यूनो प्रिलियम्स क्वेश्चन आ सद्दी इंपोर्टेंट नहीं है उत्तराखंड गवर्नमेंट जी है ਸਾਹਿਤ्य ਸਾਹਿਤਿਆ ਮੀਨਸ ਲਿਟਰੇਚਰ ਬਹੁਤ ਸମ୍ਮਾਨ ਦਿੰਦੀ ਰਹਿੰਦੀ ਹੈ ਤੇ ਇਸ ਵਾਰ ਥਿਸ ਇਜ਼ ਫਾਰ ਦਾ ਫਰਸਟ ਟਾਈਮ ਥੈਟ ਅ ਪੰਜਾਬੀ ਪੋएट ਗੁਰਦੀਪ ਨਾਮ ਦੇ ਪੰਜਾਬੀ ਪੋएट ਹੈ ਜਿਨਨੂੰ ਅਵਾਰਡ ਮਿਲਿਆ ਹੈ ਫਰੋਮ ਉਤਰਾਖੰਡ ਗਵਰਨਮੈਂਟ ਠੀਕ ਹੈ ਇਹ ਸਟੇਟ ਅਵਾਰਡ ਹੈ ਐਂਡ ਇਨਸਟੈਡ ਆਫ ギਵਿੰਗ देयर ओन ਉਤਰਾਖੰਡ ਪਰਸਨ ਦਾ ਅਵਾਰਡ ਦੇ ਹੈਵ ギਵਨ ਥਿਸ ਪਰਸਨ ਥੈਟ ਮੀਨਸ ਇਹਨਾਂ ਨੇ ਕਾਫੀ ਅੱਛਾ ਲਿਖਿਆ ਹੋਵੇਗਾ ਕਿ ਅਦਰ ਸਟੇਟਸ ਆਰ ਆਲਸੋ ਓਨਰਿੰਗ ਹਿਸ ਟਾਈਟਸ ठीक है तो इन दिस इज द फर्स्ट पंजाबी यू नो राइटर हु हैज बीन कॉन्फर्ड दिस अवार्ड बाय द उत्तराखंड भाषा संस्थान तो इसीलिए याद रख लो लेस वेरी लेस लाइकली की पूछा जावे बट फिर भी अपन तो कवर करना ही राइट देन पिंक बॉलवॉर्म डैमेज्ड 15% ऑफ अर्ली सोन कॉटन क्रॉप राइट सो ए ਤੁਸੀਂ ਆਪ ਦੇ ਅਨਸਰਸ ਚ ਯੂਜ਼ ਕਰ ਸਕਦੇ ਹੋ ਦੇਖੋ ਪੀਏਯੂ ਨੇ ਰੀਸੈਂਟਲੀ ਸਰਵੇ ਕੀਤਾ ਥੋੜੇ ਏਰੀਆ ਦੇ ਵਿੱਚ ਐਂd ਦੇ ਹੈਵ ਫਾਊਂਡ ਕਿ 15% ਜਿਹੜੀ ਕੋਟਨ ਕ੍ਰੌਪ ਸੀ that was ਹਾਰਮਡ ਬਾਈ ਬਾਲਵーム ਜਿਹੜਾ ਹੈ ਪਿੰਕ ਬਾਲਵーム ਪੈਸਟ ਜਿਹੜਾ ਹੈ ਰਾਈਟ ਸੋ ਇਫ ਯੂ ਆਰ ਰਾਈਟਿੰਗ ਐਗਰੀਕਲਚਰਲ ਇਸ਼ੂਜ਼ ਇਨ ਯੂਅਰ ਐਗਜ਼ਾਮੀਨੇਸ਼ਨ ਸੋ ਇੱਕ ਇਸ਼ੂ ਤੁਸੀਂ ਲਿਖੋਗੇ ਕਿ ਪੈਸਟ ਅਟੈਕਸ ਜਿਹੜਾ ਹੈ ਕਾਫੀ ਵੱਡਾ ਐਗਰੀਕਲਚਰ ਦਾ ਇਸ਼ੂ ਹੈ ਕ੍ਰੌਪਸ ਨੂੰ ਡੈਮੇਜ ਕਰਦਾ ਹੈ ਫਾਰਮਰ ਦੀ ਇਨਕਮ ਨੂੰ ਇੰਪੈਕਟ ਕਰਦਾ ਹੈ ਉੱਥੇ ਹੀ ਤੁਸੀਂ ਇਹ ਡਾਟਾ ਲਿਖ ਸਕਦੇ ਹੋ ਦੈਟ ਰੀਸੈਂਟਲੀ ਪੀਯੂ ਪੀਏਯੂ ਕੰਡਕਟਡ ਅ ਸਰਵੇ ਇਨ ਵਿਚ ਦੇ ਫਾਈਂਡ ਆਊਟ ਫਾਊਂਡ ਆਊਟ ਦੈਟ 15% ਆਫ ਦੀ ਕਾਟਨ ਕ੍ਰੌਪ ਵਾਸ ਇੰਪੈਕਟਡ ਬਾਈ ਪਿੰਕ ਬਾਲਵਰਮ ਰਾਈਟ ਥਿਸ ਇਜ਼ ਦਾ ਇੰਪੈਕਟ ਆਫ ਪੈਸ ਔਨ ਦੀ ਕ੍ਰੌਪਸ ਜਸਟ ਥੈਟ ਇੰਨਾ ਕੁ ਯੂਜ਼ ਕਰਨਾ ਹੈ ਤੁਸੀਂ ਹੋਰ ਤਾਂ ਕੁਝ ਨਹੀਂ ਰਾਈਟ ਨੈਕਸਟ ਹੈਗਾ ਹੈ ਅਬੋਹਰ ਦੀ ਹਾਈਸਿੰਥ ਗ੍ਰੋਥ ਨਾਲ ਡੈਮੇਜਡ ਵਾਲਸ ਆਫ ਕੈਨਲ ਠੀਕ ਹੈ ਹਾਈਸਿੰਥ ਜਿਹੜਾ ਹੈ ਨਾ ਤੁਸੀਂ ਅਗਰ ਸਾਇੰਸ ਐਂਡ ਟੈਕ ਦੀ ਐਨਸੀਆਰਟੀ ਪੜੋਗੇ ਤਾਂ ਸਾਰੀ ਡਿਟੇਲ ਵੈਸੇ ਤਾਂ ਉੱਥੇ ਮਿਲ ਹੀ ਜਾਣੀ ਹੈ ਤੁਹਾਨੂੰ ਬਟ ਬੱਚੇ ਪੜ੍ਹਦੇ ਕਿੱਥੇ ਹੈ ਹਨਾ ਤੇ ਇਸ ਲਈ ਮੈਂ ਹਾਈਲਾਈਟ ਕਰ ਰਹੀ ਹਾਂ ਦਿਸ ਇਜ਼ ਇੰਪੋਰਟੈਂਟ ਇਹ ਪ੍ਰੀਲਿਮਸ ਚ ਜ਼ਿਆਦਾ ਪੁੱਛੇ ਜਾਂਦੀ ਹੈ ਤੇ ਪੋਸਿਬਿਲਟੀ ਹੈ ਪਾਸਟ ਵਿੱਚ ਤਾਂ ਕਾਫੀ ਇਹ ਤੇ ਕੁਐਸਚਨ ਆ ਚੁੱਕੇ ਆ ਪੰਜਾਬ ਪੀਸੀਐਸ ਚ ਹਜੇ ਵੀ ਪੋਸਿਬਿਲਟੀ ਹੈ ਰਾਈਟ ਸੋ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਮਨੇ ਇੱਕ ਕੁਆਟਿਕ ਵੀਡ ਹੈ ਅਨ ਵੀਡ ਕੀ ਹੁੰਦਾ ਹੈ ਅਨਵਾਂਟਡ ਪਲਾਂਟ ਗ੍ਰੋਥ ਆਪਾਂ ਨਹੀਂ ਚਾਹੁੰਦੇ ਬਟ ਉਹ ਹੁੰਦੀ ਰਹਿੰਦੀ ਆ ਆਪਾਂ ਨੇ ਕੋਈ ਉਹਦੇ ਲਈ ਇਹਨੂੰ ਬੋਏ ਵਗੈਰਾ ਵੀ ਨਹੀਂ ਹੁੰਦੇ ਜ਼ਿਆਦਾ ਬਟ ਇਹ ਅਨਕੰਟਰੋਲਡ ਵੇਚ ਇਹਨਾਂ ਦੀ ਗ੍ਰੋਥ ਹੁੰਦੀ ਹੈ ਦੈਟ ਇਜ਼ ਦਾ ਪ੍ਰੋਬਲਮ ਪ੍ਰੋਬਲਮ राइट द एक्वाटिक पानी ਵਿੱਚ ਰਹਿਣ ਵਾਲੀ ਵੀਡ ਹੈ ਇਹ ਇੰਡੀਜਿਨियस ਨਹੀਂ ਹੈ ਇਹ ਇੰਡੀਆ ਵਿੱਚ ਨਹੀਂ ਪਾਈ ਜਾਂਦੀ ਸੀ ਇਹ ਬ੍ਰਿਟਿਸ਼ ਨੇ ਇਹ ਜੀ ਚੀਜ਼ਾਂ ਸਾਰੀਆਂ ਇੰਟਰਡਿਊਸ ਕੀਤੀਆਂ ਜਿਹੜੀ ਆਪਣੀ ਇਕੋਲੋਜੀ ਨੂੰ ਹੁਣ ਖਰਾਬ ਕਰ ਰਹੀਆਂ ਹਨ ਉਸ ਟਾਈਮ ਤੇ ਇਹਨਾਂ ਨੇ ਯੂ نو ਡਿਮਾਰਕੇਸ਼ਨ ਵਗੈਰਾ ਲਈ ਇਹ ਸਭ ਯੂਜ਼ ਕਰਦੇ ਸੀ ਵੀਡਸ ਗ로우 ਕਰ ਦਿੰਦੇ ਸੀ ਬਾਉਂਡਰੀਜ਼ ਬਣਾਉਣ ਲਈ ਹੈ ਜਾਂ ਕੁਝ ਯੂ نو ਦੇ ਯੂਜ਼ ਟੂ ਯੂਜ਼ ਠੀਕ ਹੈ ਸੋ ਦੈਟ ਟਾਈਮ ਦੇ ਵਰ ਇੰਟਰਡਿਊਸ ਸੋ ਥਿਸ ਇਸ ਨਾਟ ਇੰਡੀਜਿਨियस ਸਪੀਸੀਜ਼ ਰਾਈਟ ਵੈਸੇ ਤਾਂ ਬੜੇ ਸੋਹਣੇ ਪਰਪਲ ਫਲਾਰਸ ਆਉਂਦੇ ਆ ਬਟ ਇਹ ਕਾਫੀ ਸਾਰੇ ਇਸ਼ੂਸ ਕ੍ਰੀਏਟ ਕਰਦੇ ਹੈ ਠੀਕ ਹੈ ਇਹਨਾਂ ਦੀ ਅਨਕੰਟਰੋਲਡ ਗਰੋਥ ਹੈ ਥੈਟ ਮੀਨਸ ਦੇ ਵਿਲ ਸਫੋਕੇਟ ਦਾ ਵਾਟਰ ਜਿਹੜੇ ਵੀ ਪਾਣੀ ਵਿੱਚ ਇਹ ਉੱਗਣਗੇ ਉੱਥੇ ਇੰਨੀ ਜ਼ਿਆਦਾ ਕੁਆਂਟੀਟੀ ਚ ਉੱਗਦੇ ਆ ਪਹਿਲੀ ਗੱਲ ਸਨਲਾਈਟ ਦਾ ਐਕਸਪੋਜ਼ਰ ਖਤਮ ਹੋ ਜਾਂਦਾ ਹੈ ਰਾਈਟ ਪੂਰੀ ਭੀੜ ਹੋ ਜਾਂਦੀ ਹੈ ਸਫੋਕੇਟਿੰਗ ਹੋ ਜਾਂਦਾ ਹੈ ਫॉर ਅਦਰ ਪਲਾਂਟਸ ਐਂਡ ਆਰਗੇਨਿਜ਼ਮਸ ਟੂ ਸਰਵਾਈਵ देयर ਠੀਕ ਹੈ ਜੀ ਤੇ ਇਹਨਾਂ ਨੂੰ ਕੱਟਣਾ ਵੱਢਣਾ ਵੀ ਲੇਬਰ ਇੰਟੈਂਸਿਵ ਤੇ ਕੋਸਟ ਜਾਂ ਮਹਿੰਗਾ ਪ੍ਰੋਸੈਸ ਹੋ ਜਾਂਦਾ ਹੈ ਰਾਈਟ ਦੈਟ ਇਜ਼ ਵਾਈ ਦੇ ਆਰ ਵੈਰੀ ਹਾਰਮਫੁਲ ਫੋਰ ਗਰੋਥ ਅਗਰ ਇਹ ਕਿਤੇ ਅਨਕੰਟਰੋਲਡ ਵੇ ਵਿੱਚ ਗਰੋ ਹੁੰਦੇ ਨੇ ਬਟ ਕਿਸੇ ਤਰੀਕੇ ਨਾਲ ਹੀ ਆਪਾਂ ਨੂੰ ਬੈਨੀਫਿਟ ਵੀ ਕਰ ਸਕਦੇ ਹੈ ਲਾਈਕ ਅਗਰ ਆਪਾਂ ਇਹਨਾਂ ਨੂੰ ਕੱਟ ਵੱਢ ਕੇ ਅੱਛੇ ਤਰੀਕੇ ਨਾਲ ਯੂਜ਼ ਕੀ ਕੀਤਾ ਜਾਵੇ ਤਾਂ ਇਹਨਾਂ ਨੂੰ ਐਜ਼ ਅ ਬਾਇਓ ਫਰਟੀਲਾਈਜ਼ਰ ਇਨ ਐਗਰੀਕਲਚਰ ਵੀ ਯੂਜ਼ ਕਰ ਸਕਦੇ ਆ ਆਪਾਂ ਠੀਕ ਹੈ ਜੀ ਇਹ ਫੋਟੋ ਰੈਮੀਡੀਏਸ਼ਨ ਦੇ ਵੀ ਕੰਮ ਆਉਂਦੇ ਨੇ ਰਾਈਟ ਦੇ ਹੈਵ ਦੀ ਅਬਿਲਿਟੀ ਟੂ ਰਿਮੂਵ ਮੈਨੀ ਟੌਕਸਿਕ ठीक है आई एम नॉट एक्सप्लेनिंग हियर प्लीज चेक योर साइंस एंड टेक्नोलॉजी टू नो अबाउट दिस राइट सो दैट इज फॉर हाईसिंथ ए डिटेल्स भी देख सकते हो राइट दिस आई हैव ऑलरेडी एक्सप्लेन महाराजा रणजीत सिंह एंपायर इज वेरी इंपॉर्टेंट फॉर योर प्रीलिम्स एंड मेंस सो डू कपरेट इनटेल राइट फाइनली लास्ट टॉपिक है साढ़ा गवर्नर्स आउटरीच तमिलनाडु की न्यूज चल रही है तमिलनाडु जो होया क्या गवर्नर ने ਯੂਨੀਲੈਟਰਲੀ ਮਤਲਬ ਬਿਨਾ ਸੀਐਮ ਦੀ ਐਡਵਾਈਸ ਤੇ ਵਿਦਆਊਟ ਸੀ ਚੀਫ ਮਿਨਿਸਟਰ ਦੀ ਐਡਵਾਈਸ ਤੇ ਇਹਨਾਂ ਦੇ ਇੱਕ ਮਿਨਿਸਟਰ ਨੂੰ ਰਿਮੂਵ ਕਰ ਦਿੱਤਾ ਰਾਈਟ ਨਾਓ ਇਸ਼ੂ ਕੀ ਹੈ ਅਗਰ ਤੁਸੀਂ ਕਨਸਟੀਟਿਊਸ਼ਨ ਥੋੜਾ ਬਹੁਤ ਪੜਿਆ ਹੈ ਯੂ ਵਿਲ ਨੋ ਅਬਾਊਟ ਥੀਸ ਆਰਟੀਕਲਸ ਇਹਨਾਂ ਆਰਟੀਕਲਸ ਦੇ ਅਕੋਰਡਿੰਗ ਕੀ ਲਿਖਿਆ ਗਿਆ ਹੈ ਕਿ ਸਟੇਟ ਵਿੱਚ ਜੋ ਗਵਰਨਰ ਹੈ ਥੈਟ ਵਿਲ ਓਨਲੀ ਐਕਟ ਔਨ ਦੀ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ led by the chief minister ਦਾ ਕਹਿਣ ਦਾ ਮਤਲਬ ਇਹ ਹੈ ਕਿ ਗਵਰਨਰ ਕੁਝ ਵੀ ਯੂਨੀਲੇਟਰਲੀ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ ਇਟ ਹੈਜ਼ ਟੂ ਫਰਸਟ ਗੈਟ ਐਨ ਯੂ نو ਡਾਇਰੈਕਸ਼ਨ ਔਰ ਤੁਸੀਂ ਕਹਿ ਸਕਦੇ ਹੋ ਕਿ ਅਗਰ ਸੀਐਮ ਤੇ ਕਾਉਂਸਲ ਆਫ ਮਿਨਿਸਟਰ ਮਿਲ ਕੇ ਇਹਨੂੰ ਰეკਮੈਂਡ ਕਰਦੇ ਨੇ ਟੂ ਟੇਕ ਐਨ ਐਕਸ਼ਨ ਦੈਨ ਓਨਲੀ ਗਵਰਨਰ ਕੈਨ ਟੇਕ ਐਨ ਐਕਸ਼ਨ ਯੂਨੀਲੇਟਰਲੀ ਇਹ ਕੋਈ ਕੰਮ ਨਹੀਂ ਕਰ ਸਕਦਾ ਇਨ ਯੂਸ਼ਵਲ ਸਰਕਮਸਟੈਂਸਸ ਬਟ ਹੇਅਰ ਯੂ ਸੀ ਕਿ ਸਟੇਟ ਗਵਰਨਮੈਂਟ ਜਿਹੜੀ ਹੈ ਹੈਲਦੀ ਸਟੇਟ ਗਵਰਨਮੈਂਟ ਚੱਲ ਰਹੀ ਹੈ ਰਾਈਟ ਇੱਥੇ ਕੋਈ ਐਮਰਜੈਂਸੀ ਵਾਲੀ ਸਿਚੁਏਸ਼ਨ ਨਹੀਂ ਹੈ ਜਾਂ ਕੋਈ ਹੋਰ ਸਿਚੁਏਸ਼ਨ ਨਹੀਂ ਹੈ ਬਟ ਇਹ ਗਵਰਨਰ ਨੇ ਡਾਇਰੈਕਟਲੀ ਕਿ ਆਰਨ ਰਵੀ ਜਿਹੜੇ ਗਵਰਨਰ ਨੇ ਇਹਨਾਂ ਨੇ ਡਾਇਰੈਕਟਲੀ ਹੀ ਟੁਕ ਦਾ ਇਨੀਸ਼ੀਏਟਿਵ ਆਫ ਡਿਸਮਿਸਿੰਗ ਥਿਸ ਮਿਨਿਸਟਰ ਹੂ ਹੈਡ ਸਮ ਕ੍ਰਿਮੀਨਲ ਚਾਰजेस অর ਇਨਵੈਸਟੀਗੇਸ਼ਨ ਗੋਇੰਗ ਔਨ ਅਗੇਂਸਟ ਹਿਮ ਠੀਕ ਹੈ ਚਾਹੇ ਉਹਨਾਂ ਦਾ ਇੰਟੈਂਸ਼ਨ ਅੱਛਾ ਸੀ ਕਿ ਇਹਦੇ ਅਗੇਂਸਟ ਬੰਦੇ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਚੱਲ ਰਹੇ ਨੇ ਜਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਇਹਨੂੰ ਮਿਨਿਸਟਰ ਦੀ ਪੋਸਟ ਤੋਂ ਹਟਾਇਆ ਜਾਵੇ ਟੂ ਇਨਸ਼ੋਰ ਫੇਅਰ ਇਨਵੈਸਟੀਗੇਸ਼ਨ although he might be right in that but constitutionally he does not has the power to do such or to take such an measure that is why it is being called as governor's outreach or gubernatorial outreach related to governor that means this is the keyword you can use it in your answers gubernatorial overreach राइट सो एज एन एग्जांपल यू कैन यूज दिस इंस्टेंस ऑफ तमिलनाडु गवर्नर नाम याद करने की जरूरत नहीं है इफ यू वांट टू गवर्नर तमिलनाडु गवर्नर डिसमिसिस द मिनिस्टर विदाउट द कंसल्टेशन ऑफ काउंसिल ऑफ मिनिस्टर्स ऑफ टीजी या और द चीफ तो ये ਤੁਸੀਂ ਆਪ ਦੇ ਆਨਸਰਸ ਚ ਲਿਖ ਸਕਦੇ ਹੋ ਅਗਰ ਗਵਰਨਰ ਦੇ ਰੋਲ ਤੇ ਤੁਹਾਨੂੰ ਰੋਲ ਤੇ ਜਾਂ ਇਸ਼ੂਸ ਤੇ ਕੁਐਸਚਨ ਆਵੇ ਰਾਈਟ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਫਿਊਚਰ ਵਿੱਚ ਗਵਰਨਰ ਜੋ ਹੈ ਸਟੇਟ ਗਵਰਨਮੈਂਟ ਨਾਲ ਮਿਲ ਜੁਲ ਕੇ ਕੰਮ ਕਰੇ ਦੈਟ ਇਜ਼ ਓਨਲੀ ਵੈਨ ਦੀ ਸਪਿਰਿਟ ਆਫ ਕੋਆਪਰੇਟਿਵ ਫੈਡਰਲਿਜ਼ਮ ਕੈਨ ਬੀ ਅਪਹੈਲਡ ਅਦਰਵਾਈਜ਼ ਲੜਾਈਆਂ ਐਂਡ ਆਲ ਦੀਸ ਕਨਫਲਿਕਟ ਵਿਲ ਕੀਪ ਗੋਇੰਗ ਔਨ ਰਾਈਟ ਦੇ ਹੈਵ ਟੂ ਵਰਕ ਔਨ ਇਨਸ਼ੋਰਿੰਗ ਪਬਲਿਕ ਇੰਟਰਸਟ ਰਾਦਰ ਦੈਨ ਓਵਰ ਸਟੈਪਿੰਗ ਦੇਅਰ ਅਥਾਰਟੀ ਸੋ ਦੇ ਨੀਡ ਟੂ ਵਰਕ ਇਨ ਕੋਆਪਰੇਟਿਵ ਮੈਨਰ ਰਾਈਟ ਦੈਟ ਇਜ਼ ਵਾਟ ਇਜ਼ ਬੀਂਗ ਸੈਡ ਇਨ ਦਿਸ ਨਿਊਜ਼ ਅੱਛਾ ਆਰਟੀਕਲ ਹੈ ਯੂ ਕੈਨ ਯੂਜ ਆਨਸਰ that is all for today's news if you have any doubt any query as i have already told you you can always reach out to us at this number just whatsapp with your query we will give you a time when you can reach out to us so just contact us and do join the uh, this course this is going to help you streamline your preparation in a great way right that is all thank you